ਹਾਂਜੀ ਸਟੂਡੈਂਟਸ, ਇਸ ਵੀਡੀਓ ਦੇ ਵਿੱਚ ਅਸੀਂ ਪੰਜਾਬ ਦਾ ਮੱਧਕਾਲੀਨ ਇਤਿਹਾਸ ਜਿਹੜਾ ਹੈ ਉਸ ਦੇ MCQ ਬਾਰੇ ਚਰਚਾ ਕਰਾਂਗੇ। ਸਭ ਤੋਂ ਪਹਿਲਾ ਕੁਐਸਚਨ ਹੈਗਾ, ਮੁਹੰਮਦ ਬਿਨ ਕਾਸਿਮ ਨੇ ਪੰਜਾਬ 'ਤੇ ਹਮਲਾ ਕਦੋਂ ਕੀਤਾ ਸੀ? ਮੱਧਕਾਲੀਨ ਪੰਜਾਬ ਕਰ ਰਹੇ ਹਾਂ ਅਸੀਂ, ਤਾਂ ਮੁਹੰਮਦ ਬਿਨ ਕਾਸਿਮ ਨੇ ਪੰਜਾਬ 'ਤੇ ਹਮਲਾ ਕੀਤਾ ਸੀ 8ਵੀਂ ਸਦੀ ਵਿੱਚ। ਪੰਜਾਬ ਦੇ ਕਿਸ ਪ੍ਰਾਂਤ 'ਤੇ ਸਭ ਤੋਂ ਪਹਿਲਾਂ ਮੁਹੰਮਦ ਬਿਨ ਕਾਸਿਮ ਨੇ ਹਮਲਾ ਕੀਤਾ ਸੀ? ਸਿੰਧ। ਕਿਹੜਾ ਵਿਦੇਸ਼ੀ ਸਮੂਹ ਪੰਜਾਬ ਰਾਹੀਂ ਭਾਰਤ ਨਹੀਂ ਆਇਆ, ਜਿਹਦੀ ਐਂਟਰੀ ਪੰਜਾਬ ਰਾਹੀਂ ਨਹੀਂ ਹੋਈ, ਉਹ ਵਿਦੇਸ਼ੀ ਸਮੂਹ ਜਿਹਨੇ ਹਮਲਾ ਕੀਤਾ ਉਹ ਕਿਹੜਾ ਸੀਗਾ? ਬ੍ਰਿਟਿਸ਼। ਪ੍ਰਾਚੀਨ ਪੰਜਾਬ ਵਿੱਚ ਘਰੇਲੂ ਉਦਯੋਗ ਦਾ ਮੁੱਖ ਕੇਂਦਰ ਕਿਹੜਾ ਸੀ? ਘਰੇਲੂ ਉਦਯੋਗ ਦਾ ਮੁੱਖ ਕੇਂਦਰ ਸੀ ਲਾਹੌਰ। ਮਹਿਮੂਦ ਗਜ਼ਨਵੀ ਕਿਸ ਪਾਸ ਨੂੰ ਲੰਘ ਕੇ ਪੰਜਾਬ ਵਿੱਚ ਦਾਖਲ ਹੋਇਆ ਸੀ? ਖੈਬਰ ਪਾਸ ਨੂੰ ਲੰਘ ਕੇ ਮਹਿਮੂਦ ਗਜ਼ਨਵੀ ਪੰਜਾਬ 'ਚ ਦਾਖਲ ਹੋਇਆ। ਮਹਿਮੂਦ ਗਜ਼ਨਵੀ ਨੇ ਪੰਜਾਬ 'ਤੇ ਹਮਲਾ ਕਦੋਂ ਕੀਤਾ ਸੀ? 1001 ਈਸਵੀ 'ਚ। ਮਹਿਮੂਦ ਗਜ਼ਨਵੀ ਨੇ ਪੰਜਾਬ ਭਾਰਤ ਉੱਤੇ ਕਿੰਨੇ ਹਮਲੇ ਕੀਤੇ? 17 ਹਮਲੇ ਕੀਤੇ ਸੀ ਉਸਨੇ। ਮਹਿਮੂਦ ਗਜ਼ਨਵੀ ਨੇ ਪੰਜਾਬ ਭਾਰਤ 'ਤੇ ਹਮਲੇ ਦਾ ਅਸਲ ਉਦੇਸ਼ ਕੀ ਸੀ? ਕਿਉਂ ਹਮਲੇ ਕੀਤੇ ਸੀ? ਪੈਸੇ ਦੀ ਲੁੱਟ ਲਈ। ਮਹਿਮੂਦ ਗਜ਼ਨਵੀ ਨੇ ਭਾਰਤ 'ਤੇ ਪਹਿਲੇ ਹਮਲੇ ਵੇਲੇ ਪੰਜਾਬ ਦਾ ਸ਼ਾਸਕ ਕੌਣ ਸੀ? ਆਨੰਦਪਾਲ। ਮਹਿਮੂਦ ਗਜ਼ਨਵੀ ਨੇ ਪੰਜਾਬ ਉੱਤੇ ਕਦੋਂ ਹਮਲਾ ਕੀਤਾ? 11ਵੀਂ ਸਦੀ ਵਿੱਚ। ਫਿਰੋਜ਼ਪੁਰ ਸ਼ਹਿਰ ਦੀ ਸਥਾਪਨਾ ਕਿਸਨੇ ਕੀਤੀ? ਫਿਰੋਜ਼ ਸ਼ਾਹ ਤੁਗਲਕ ਨੇ। ਪ੍ਰਾਚੀਨ ਪੰਜਾਬ ਵਿੱਚ ਕਿਹੜਾ ਸ਼ਹਿਰ ਮੁਗਲਾਂ ਦੇ ਬਾਗ ਵਜੋਂ ਜਾਣਿਆ ਜਾਂਦਾ ਸੀ? ਲਾਹੌਰ। ਪ੍ਰਾਚੀਨ ਪੰਜਾਬ ਵਿੱਚ ਵਿੱਦਿਆ ਦਾ ਸਭ ਤੋਂ ਵੱਡਾ ਕੇਂਦਰ ਕਿਹੜਾ ਸੀ? ਤਕਸ਼ਿਲਾ। ਕਿਹੜੇ ਪੰਜਾਬ ਨੂੰ ਹਿੰਦੂ ਧਰਮ ਦਾ ਜਨਮ ਸਥਾਨ ਮੰਨਿਆ ਜਾਂਦਾ ਹੈ? ਪੰਜਾਬ ਨੂੰ। ਪ੍ਰਾਚੀਨ ਪੰਜਾਬ ਦੀ ਸਭ ਤੋਂ ਪ੍ਰਸਿੱਧ ਬੰਦਰਗਾਹ ਕਰਾਚੀ ਸੀ। ਮੁਹੰਮਦ ਗੌਰੀ ਕਿਸ ਰਾਜ ਰਾਹੀਂ ਪੰਜਾਬ ਵਿੱਚ ਦਾਖਲ ਹੋਇਆ ਸੀ? ਕਿਸ ਪਾਸ ਰਾਹੀਂ? ਪਾਸ ਰਾਹੀਂ ਹੋਇਆ ਸੀ, ਖੈਬਰ ਪਾਸ ਰਾਹੀਂ ਹੋਇਆ ਸੀ। ਮੁਹੰਮਦ ਗੌਰੀ ਦੇ ਪੰਜਾਬ ਉੱਤੇ ਹਮਲੇ ਦਾ ਮੁੱਖ ਉਦੇਸ਼ ਕੀ ਸੀ? ਮੁਹੰਮਦ ਗੌਰੀ ਕਿਉਂ ਪੰਜਾਬ ਵਿੱਚ ਦਾਖਲ ਹੋਇਆ ਸੀ? ਤਾਂ ਉਸਦਾ ਉਦੇਸ਼ ਸੀ ਇਸਲਾਮ ਦਾ ਪ੍ਰਚਾਰ ਕਰਨਾ। ਤਰਾਇਣ ਦੀ ਪਹਿਲੀ ਲੜਾਈ ਕਦੋਂ ਲੜੀ ਗਈ? 1191 ਦੇ ਵਿੱਚ। ਤਰਾਇਣ ਦੀ ਦੂਜੀ ਲੜਾਈ ਕਦੋਂ ਲੜੀ ਗਈ? 1192 ਦੇ ਵਿੱਚ। ਪੰਜਾਬ ਵਿੱਚ ਵਿਦੇਸ਼ੀ ਹਮਲਾਵਰਾਂ ਦੇ ਹਮਲਿਆਂ ਦਾ ਸਹੀ ਕ੍ਰਮ ਕੀ ਆ? ਬਹੁਤ ਸਾਰੇ ਹਮਲਾਵਰਾਂ ਨੇ ਪੰਜਾਬ 'ਤੇ ਹਮਲੇ ਕੀਤੇ ਨੇ, ਉਹਨਾਂ ਦਾ ਸਹੀ ਕ੍ਰਮ ਆ, ਪਹਿਲਾਂ ਮਹਿਮੂਦ ਗਜ਼ਨਵੀ, ਮੁਹੰਮਦ ਗੌਰੀ, ਫਿਰ ਨਾਦਰ ਸ਼ਾਹ, ਅਹਿਮਦ ਸ਼ਾਹ ਅਬਦਾਲੀ। ਇਸ ਲਈ ਸਾਡਾ ਉੱਤਰ ਆਊਗਾ ਏ। ਪੰਜਾਬ ਦਾ ਵਪਾਰ ਅਫਗਾਨਿਸਤਾਨ ਅਤੇ ਮੱਧ ਏਸ਼ੀਆਈ ਦੇਸ਼ਾਂ ਨਾਲ ਜ਼ਿਆਦਾਤਰ ਕਿਸ ਪਹਾੜੀ ਰਸਤੇ ਰਾਹੀਂ ਹੁੰਦਾ ਸੀ?
ਇਹ ਜਿਹੜਾ ਅਸੀਂ ਥਿਊਰੀ ਪਾਰਟ ਦੇ ਵਿੱਚ ਕੀਤਾ ਹੈ ਨਾ, ਬਹੁਤ ਇੰਪੋਰਟੈਂਟ ਆ, ਤਾਂ ਇਹ ਤੁਸੀਂ ਕਰ ਸਕਦੇ ਹੋ ਧਿਆਨ ਨਾਲ ਕਰਕੇ, ਫਿਰ ਤੁਸੀਂ ਕੁਐਸਚਨਾਂ ਦਾ ਕੋਈ ਵੀ ਆ ਜਾਵੇ ਉੱਤਰ ਦੇ ਸਕਦੇ ਹੋ। ਤਾਂ ਖੈਬਰ ਪਾਸ ਆ ਜਿਹੜਾ ਬਹੁਤ ਇੰਪੋਰਟੈਂਟ ਆ, ਇਹਦੇ ਰਾਹੀਂ ਹੀ ਵਿਦੇਸ਼ੀ ਸੀਗੇ ਜਿਹੜੇ ਉਹ ਦਾਖਲ ਹੋਏ ਸੀ, ਅਤੇ ਵਪਾਰ ਆ ਜਿਹੜਾ ਉਹ ਵੀ ਇਸ ਰਸਤੇ ਰਾਹੀਂ ਹੋਇਆ ਸੀ। ਕੁਤਬਦੀਨ ਆਇਬਕ ਦੇ ਸਮੇਂ ਕਿਹੜਾ ਸ਼ਹਿਰ ਭਾਰਤ ਦੀ ਰਾਜਧਾਨੀ ਸੀ? ਕੁਤਬਦੀਨ ਐਬਕ ਦੇ ਸਮੇਂ ਲਾਹੌਰ ਸੀਗਾ ਜਿਹੜਾ ਉਹ ਭਾਰਤ ਦੀ ਰਾਜਧਾਨੀ ਸੀ। ਕੁਤਬਦੀਨ ਐਬਕ ਨੂੰ ਕਿੱਥੇ ਦਫਨਾਇਆ ਗਿਆ? ਲਾਹੌਰ ਵਿਖੇ ਹੀ ਦਫਨਾਇਆ ਗਿਆ ਇਸ ਨੂੰ। ਲੋਧੀ ਖਾਨਦਾਨ ਦੀ ਸਥਾਪਨਾ ਕਦੋਂ ਹੋਈ? ਲੋਧੀ ਖਾਨਦਾਨ ਦੀ ਸਥਾਪਨਾ 1451 ਈਸਵੀ ਵਿੱਚ ਹੋਈ। ਲੋਧੀ ਖਾਨਦਾਨ ਦਾ ਸੰਸਥਾਪਕ ਕੌਣ ਸੀ? ਲੋਧੀ ਖਾਨਦਾਨ ਦਾ ਸੰਸਥਾਪਕ ਬਹਿਲੋਲ ਲੋਧੀ ਸੀ। 16ਵੀਂ ਸਦੀ ਦੇ ਆਰੰਭ ਵਿੱਚ ਪੰਜਾਬ 'ਤੇ ਕਿਸ ਰਾਜਵੰਸ਼ ਦਾ ਸ਼ਾਸਨ ਸੀ? ਲੋਧੀ ਖਾਨਦਾਨ ਦਾ ਸ਼ਾਸਨ ਸੀ। 16ਵੀਂ ਸਦੀ ਵਿੱਚ ਪੰਜਾਬ ਦੇ ਲੋਕਾਂ ਦਾ ਮੁੱਖ ਕਿੱਤਾ ਕੀ ਸੀ? ਖੇਤੀਬਾੜੀ। 16ਵੀਂ ਸਦੀ ਵਿੱਚ ਹਿੰਦੂ ਸਮਾਜ ਕਿੰਨੇ ਭਾਗਾਂ ਵਿੱਚ ਵੰਡਿਆ ਹੋਇਆ ਸੀ? 4 ਭਾਗਾਂ ਵਿੱਚ। 16ਵੀਂ ਸਦੀ ਵਿੱਚ ਪੰਜਾਬ ਦਾ ਸਭ ਤੋਂ ਪ੍ਰਸਿੱਧ ਸਿੱਖਿਆ ਦਾ ਕੇਂਦਰ ਕਿਹੜਾ ਸੀ? ਲਾਹੌਰ। 16ਵੀਂ ਸਦੀ ਵਿੱਚ ਪੰਜਾਬ ਦਾ ਕਿਸ ਦੇਸ਼ ਨਾਲ ਵਿਦੇਸ਼ੀ ਵਪਾਰ ਨਹੀਂ ਸੀ? ਸ਼੍ਰੀਲੰਕਾ ਨਾਲ। 16ਵੀਂ ਸਦੀ ਵਿੱਚ ਪੰਜਾਬ ਦਾ ਸਭ ਤੋਂ ਪ੍ਰਸਿੱਧ ਵਪਾਰਕ ਕੇਂਦਰ ਕਿਹੜਾ ਸੀ? ਲਾਹੌਰ। 16ਵੀਂ ਸਦੀ ਵਿੱਚ ਮੁਸਲਮਾਨਾਂ ਦੁਆਰਾ ਉੱਚ ਸਿੱਖਿਆ ਕਿੱਥੇ ਪ੍ਰਾਪਤ ਕੀਤੀ ਜਾਂਦੀ ਸੀ? ਮਦਰੱਸੇ ਵਿੱਚ। 16ਵੀਂ ਸਦੀ ਦੇ ਆਰੰਭ ਵਿੱਚ ਮੁਸਲਮਾਨ ਸਮਾਜ ਦੀ ਸਭ ਤੋਂ ਪ੍ਰਚਲਿਤ ਬੁਰਾਈ ਕੀ ਸੀ? ਤਲਾਕ ਦੀ ਪ੍ਰਥਾ। 16ਵੀਂ ਸਦੀ ਵਿੱਚ ਹਿੰਦੂ ਸਮਾਜ ਵਿੱਚ ਔਰਤਾਂ ਦੀ ਸਥਿਤੀ ਨਾਲ ਕੀ ਮੇਲ ਨਹੀਂ ਖਾਂਦਾ? ਬਹੁ ਵਿਆਹ 'ਤੇ ਜ਼ੋਰ। 16ਵੀਂ ਸਦੀ ਦੇ ਆਰੰਭ ਵਿੱਚ ਪੰਜਾਬ ਦੀ ਧਾਰਮਿਕ ਸਥਿਤੀ ਬਾਰੇ ਕਿਹੜਾ ਪੱਖ ਸਹੀ ਨਹੀਂ ਹੈ? ਹਿੰਦੂ ਧਰਮ ਅਤੇ ਇਸਲਾਮ ਵਿਚਾਲੇ ਆਪਸੀ ਤਾਲਮੇਲ ਵੱਧ ਰਿਹਾ ਸੀ, ਇਹ ਗਲਤ ਹੈ। 16ਵੀਂ ਸਦੀ ਦੇ ਆਰੰਭ ਵਿੱਚ ਪੰਜਾਬ ਦੀ ਸਮਾਜਿਕ ਸਥਿਤੀ ਨੂੰ ਵਿਚਾਰਦਿਆਂ ਹੇਠ ਲਿਖੀਆਂ ਚੋਣਾਂ ਵਿੱਚੋਂ ਕੀ ਤਰਕਹੀਣ ਹੈ? ਮੀਨਜ਼ ਜਿਹਦਾ ਕੋਈ ਅਰਥ ਨਹੀਂ ਉਹ ਅਸੀਂ ਦੱਸਣਾ ਹੈ। ਮੁਸਲਿਮ ਭਾਈਚਾਰੇ ਨੂੰ 4 ਮੁੱਖ ਭਾਗਾਂ 'ਚ ਵੰਡਿਆ ਗਿਆ ਸੀ, ਇਹ ਗਲਤ ਹੈ, ਕਿਉਂਕਿ ਹਿੰਦੂ ਧਰਮ ਦਾ ਭਾਈਚਾਰਾ ਸੀ ਜਿਹੜਾ ਉਸ ਨੂੰ 4 ਭਾਗਾਂ 'ਚ ਵੰਡਿਆ ਹੋਇਆ ਸੀ। 16ਵੀਂ ਸਦੀ ਵਿੱਚ ਹਿੰਦੂ ਧਰਮ ਕਿਸ ਪੰਥ ਵਿੱਚ ਵੰਡਿਆ ਗਿਆ ਸੀ? ਸ਼ੈਵੀ ਸੰਪਰਦਾ, ਵੈਸ਼ਨਵ ਸੰਪਰਦਾ, ਸ਼ਕਤੀ ਸੰਪਰਦਾ, ਉਪਰੋਕਤ ਸਾਰੇ ਆਂਸਰ ਆਊਗਾ ਸਾਡਾ, ਕਿਉਂਕਿ ਇਹ ਸਾਰਿਆਂ ਦੇ ਵਿੱਚ ਵੰਡਿਆ ਗਿਆ ਸੀ। ਸ਼ਿਵਾਲਾ ਹਿੰਦੂ ਧਰਮ ਵਿੱਚ ਕਿਸ ਪੰਥ ਨਾਲ ਸੰਬੰਧਿਤ ਸੀ? ਸ਼ੈਵ ਸੰਪਰਦਾ ਨਾਲ। ਨਾਥਪੰਥੀ ਹਿੰਦੂ ਧਰਮ ਦੇ ਕਿਸ ਪੰਥ ਦੇ ਅਧੀਨ ਆਉਂਦੇ ਸਨ? ਸ਼ੈਵ ਸੰਪਰਦਾ ਦੇ ਅਧੀਨ ਆਉਂਦੇ ਸੀ ਨਾਥਪੰਥੀ। ਨਾਥਪੰਥੀ ਸ਼ਾਖਾ ਕਿਸਨੇ ਸਥਾਪਿਤ ਕੀਤੀ? ਗੋਰਖਨਾਥ ਨੇ। ਪੰਜਾਬ ਦੇ ਕਿਸ ਸੂਬੇਦਾਰ ਦੇ ਸੱਦੇ 'ਤੇ ਬਾਬਰ ਨੇ ਪੰਜਾਬ 'ਤੇ ਹਮਲਾ ਕੀਤਾ ਸੀ? ਦੌਲਤ ਖਾਂ ਲੋਧੀ ਦੇ।
ਪਾਣੀਪਤ ਦੀ ਪਹਿਲੀ ਲੜਾਈ ਕਦੋਂ ਲੜੀ ਗਈ? 1526 ਵਿੱਚ। ਪਾਣੀਪਤ ਦੀ ਪਹਿਲੀ ਲੜਾਈ ਵਿੱਚ ਲੋਧੀ ਖਾਨਦਾਨ ਦੀ ਅਗਵਾਈ ਕਿਸਨੇ ਕੀਤੀ? ਇਬਰਾਹਿਮ ਲੋਧੀ ਨੇ। ਪਾਣੀਪਤ ਦੀ ਪਹਿਲੀ ਲੜਾਈ ਵਿੱਚ ਮੁਗਲ ਰਾਜਵੰਸ਼ ਦੀ ਅਗਵਾਈ ਕਿਸਨੇ ਕੀਤੀ? ਬਾਬਰ ਨੇ। ਪਾਣੀਪਤ ਦੀ ਪਹਿਲੀ ਲੜਾਈ ਕਿਸਨੇ ਜਿੱਤੀ? ਬਾਬਰ ਨੇ। ਭਾਰਤ ਦੇ ਇਤਿਹਾਸ ਵਿੱਚ ਪਹਿਲੀ ਵਾਰ ਤੋਪਖਾਨੇ ਦੀ ਕਿਸ ਯੁੱਧ ਵਿੱਚ ਵਰਤੋਂ ਕੀਤੀ ਗਈ? ਪਾਣੀਪਤ ਦੀ ਪਹਿਲੀ ਲੜਾਈ ਵਿੱਚ। ਪਾਣੀਪਤ ਦੀ ਪਹਿਲੀ ਲੜਾਈ ਦਾ ਮੁੱਖ ਨਤੀਜਾ ਕੀ ਸੀ? ਮੁਗਲ ਰਾਜਵੰਸ਼ ਦੀ ਸਥਾਪਨਾ। ਪਾਣੀਪਤ ਦੀ ਪਹਿਲੀ ਲੜਾਈ ਵਿੱਚ ਬਾਬਰ ਦੀ ਜਿੱਤ ਦਾ ਮੁੱਖ ਕਾਰਨ ਕੀ ਸੀ? ਬਾਬਰ ਦੇ ਤੋਪਖਾਨੇ। ਬਾਬਰ ਦੇ ਪੰਜਾਬ 'ਤੇ 90ਵੇਂ ਹਮਲੇ ਦੌਰਾਨ ਉਸਨੇ ਪਾਣੀਪਤ ਦੀ ਪਹਿਲੀ ਲੜਾਈ ਲੜੀ ਸੀ। 5ਵੇਂ ਹਮਲੇ ਦੌਰਾਨ ਉਸਨੇ ਪਾਣੀਪਤ ਦੀ ਪਹਿਲੀ ਲੜਾਈ ਲੜੀ ਸੀ। ਮੁਗਲ ਕਾਲ ਦੌਰਾਨ ਪੰਜਾਬ ਕਿਸ ਨਾਮ ਨਾਲ ਜਾਣਿਆ ਜਾਂਦਾ ਸੀ? ਲਾਹੌਰ ਸੂਬਾ। ਇਹਨਾਂ ਵਿੱਚੋਂ ਕਿਹੜਾ ਪੰਜਾਬ ਦੀ ਆਰਥਿਕ ਸਥਿਤੀ ਨੂੰ ਵੇਖਦਿਆਂ ਤਰਕਹੀਣ ਹੈ? ਸੀ ਆ ਜਿਹੜਾ ਉਹ ਆਂਸਰ ਆਊਗਾ ਸਾਡਾ, ਸੋਨਾ ਮੰਡੀ ਅਤੇ ਸਕੇਤ ਦੀਆਂ ਪਹਾੜੀਆਂ 'ਚੋਂ ਕੱਢਿਆ ਜਾਂਦਾ ਸੀ। ਇਹ ਗਲਤ ਆ। ਮੁਗਲ ਸ਼ਾਸਨ ਦੇ ਦੌਰਾਨ ਪੰਜਾਬ ਦੇ ਸਮਾਜਿਕ ਹਾਲਤ ਬਾਰੇ ਕਿਹੜਾ ਬਿਆਨ ਸਹੀ ਨਹੀਂ ਹੈ? ਮੱਧ ਵਰਗ ਦੇ ਹਿੰਦੂਆਂ ਕੋਲ ਬਹੁ ਵਿਆਹ ਦਾ ਅਧਿਕਾਰ ਸੀ। ਇਹ ਗਲਤ ਹੈ। ਮੁਗਲ ਕਾਲ ਦੌਰਾਨ ਪੰਜਾਬ ਦਾ ਕਿਹੜਾ ਉਦਯੋਗ ਸਭ ਤੋਂ ਮਸ਼ਹੂਰ ਸੀ? ਸੂਤੀ ਕੱਪੜਾ ਉਦਯੋਗ। ਮੁਗਲ ਕਾਲ ਦੇ ਦੌਰਾਨ ਪੰਜਾਬ ਵਿੱਚ ਤਾਂਬਾ ਦਾ ਸਿੱਕਾ ਸਭ ਤੋਂ ਕਿਹੜਾ ਤਾਂਬਾ ਦਾ ਕਿਹੜਾ ਸਿੱਕਾ ਸਭ ਤੋਂ ਵੱਧ ਪ੍ਰਚਲਿਤ ਸੀ? ਦਾਮ। ਮੁਗਲ ਸ਼ਾਸਕ ਬਾਬਰ ਦੇ ਪੰਜਾਬ ਭਾਰਤ ਦੇ ਹਮਲਿਆਂ ਦਾ ਮੁੱਖ ਉਦੇਸ਼ ਕੀ ਸੀ? ਸਮਰਾਜ ਦਾ ਵਿਸਥਾਰ ਕਰਨਾ। ਬਾਬਰ ਨੇ ਪਹਿਲੀ ਵਾਰ ਪੰਜਾਬ 'ਤੇ ਹਮਲਾ ਕਦੋਂ ਕੀਤਾ? 1519 ਵਿੱਚ। ਮੁਗਲ ਰਾਜਵੰਸ਼ ਦਾ ਸੰਸਥਾਪਕ ਕੌਣ ਸੀ? ਬਾਬਰ। ਬਾਬਰ ਨੇ ਕੁੱਲ ਮਿਲਾ ਕੇ ਪੰਜਾਬ 'ਤੇ ਕਿੰਨੇ ਹਮਲੇ ਕੀਤੇ? 5। ਬਾਬਰ ਦਾ ਪੰਜਾਬ 'ਤੇ ਆਖਰੀ ਹਮਲਾ ਕਦੋਂ ਸੀ? 1526 ਵਿੱਚ। ਮੁਗਲ ਰਾਜਵੰਸ਼ ਕਿਸ ਰਾਜਵੰਸ਼ ਦੇ ਪਤਨ ਤੋਂ ਬਾਅਦ ਸਥਾਪਿਤ ਕੀਤਾ ਗਿਆ? ਲੋਧੀ ਖਾਨਦਾਨ ਦੇ ਪਤਨ ਤੋਂ ਬਾਅਦ। ਮੁਗਲ ਕਾਲ ਦੇ ਸਮੇਂ ਕਿਹੜਾ ਸ਼ਹਿਰ ਪੰਜਾਬ ਦੀ ਰਾਜਧਾਨੀ ਸੀ? ਲਾਹੌਰ। ਮੁਗਲ ਸਮਰਾਟ ਅਕਬਰ ਨੇ ਪੰਜਾਬ ਨੂੰ ਕਿੰਨੇ ਸੂਬਿਆਂ ਵਿੱਚ ਵੰਡਿਆ? 2। ਦੁੱਲਾ ਭੱਟੀ ਕਿਸ ਮੁਗਲ ਸਮਰਾਟ ਦਾ ਸਮਕਾਲੀ ਸੀ? ਜਹਾਂਗੀਰ ਦਾ। ਪੰਜਾਬ ਵਿੱਚ ਮੁਗਲ ਸਾਮਰਾਜ ਦਾ ਪਤਨ ਕਦੋਂ ਹੋਇਆ? 18ਵੀਂ ਸਦੀ ਵਿੱਚ। ਪੰਜਾਬ ਵਿੱਚ ਯੋਗੀਆਂ ਦਾ ਪ੍ਰਸਿੱਧ ਕੇਂਦਰ ਕਿਹੜਾ ਸੀ? ਗੋਰਖਨਾਥ ਪਹਾੜੀ। ਪਾਣੀਪਤ ਦੀ ਦੂਸਰੀ ਲੜਾਈ ਕਦੋਂ ਲੜੀ ਗਈ? 1556 ਵਿੱਚ। ਪਾਣੀਪਤ ਦੀ ਦੂਜੀ ਲੜਾਈ ਕਿਹੜੀਆਂ ਦੋ ਧਿਰਾਂ ਵਿਚਕਾਰ ਲੜੀ ਗਈ? ਅਕਬਰ ਅਤੇ ਖੇਮੂ। ਪਾਣੀਪਤ ਦੀ ਤੀਜੀ ਲੜਾਈ ਕਿਹੜੀਆਂ ਦੋ ਧਿਰਾਂ ਵਿਚਕਾਰ ਲੜੀ ਗਈ? ਮਰਾਠਾ ਅਤੇ ਅਹਿਮਦ ਸ਼ਾਹ ਅਬਦਾਲੀ। ਪਾਣੀਪਤ ਦੀ ਤੀਜੀ ਲੜਾਈ ਦਾ ਮੁੱਖ ਨਤੀਜਾ ਕੀ ਸੀ? ਪੰਜਾਬ ਵਿੱਚ ਸਿੱਖਾਂ ਦੀ ਸ਼ਕਤੀ ਦਾ ਵਾਧਾ। ਪਾਣੀਪਤ ਦੀ ਤੀਜੀ ਲੜਾਈ ਵਿੱਚ ਮਰਾਠਿਆਂ ਦੀ ਅਗਵਾਈ ਕਿਸਨੇ ਕੀਤੀ? ਸਦਾ ਸ਼ਿਵ ਰਾਓ ਨੇ।
ਪਾਣੀਪਤ ਦੀ ਤੀਜੀ ਲੜਾਈ ਸਮੇਂ ਅਹਿਮਦ ਸ਼ਾਹ ਅਬਦਾਲੀ ਦਾ ਕਿਹੜਾ ਹਮਲਾ ਸੀ? ਪੰਜਵਾਂ ਹਮਲਾ ਸੀ, ਭਾਰਤ ਵਿੱਚ ਸੂਫੀਵਾਦ ਦਾ ਸਭ ਤੋਂ ਵੱਡਾ ਪ੍ਰਭਾਵ ਕਿੱਥੇ ਪਾਇਆ ਗਿਆ? ਪੰਜਾਬ ਤੋਂ ਸਿੰਧ ਤੱਕ। ਮੱਧ ਯੁੱਗ ਦੇ ਸਮੇਂ ਪੰਜਾਬ ਵਿੱਚ ਕਲਾ ਅਤੇ ਸਾਹਿਤ ਵਿੱਚ ਉੱਨਤ ਨਾ ਹੋਣ ਦਾ ਮੁੱਖ ਕਾਰਨ ਕੀ ਸੀ? ਵਿਦੇਸ਼ੀ ਹਮਲਿਆਂ ਦਾ ਕਾਰਨ। ਪੰਜਾਬ ਨੂੰ ਮੱਧਕਾਲੀ ਸਮੇਂ ਵਿੱਚ ਲਾਹੌਰ ਰਾਜ ਕਿਉਂ ਕਿਹਾ ਜਾਂਦਾ ਸੀ? ਲਾਹੌਰ ਮੁੱਖ ਵਪਾਰਕ ਕਸਬਾ ਹੋਣ ਕਰਕੇ। ਕਿਸ ਨਦੀ ਵਿੱਚ ਸਿੱਖ ਧਰਮ ਦਾ ਉਭਾਰ ਦੇਖਿਆ ਗਿਆ ਸੋਰੀ ਕਿਸ ਸਦੀ ਵਿੱਚ ਸਿੱਖ ਧਰਮ ਦਾ ਉਭਾਰ ਦੇਖਿਆ ਗਿਆ? 16ਵੀਂ ਸਦੀ ਦੀ ਸ਼ੁਰੂਆਤ ਵਿੱਚ। ਮੁਸਲਮਾਨਾਂ ਨੇ ਕਿਸ ਸਮੇਂ ਦੌਰਾਨ ਪੰਜਾਬ 'ਤੇ ਸ਼ਾਸਨ ਕੀਤਾ? 1191 ਤੋਂ ਲੈ ਕੇ 1708 ਈਸਵੀ ਤੱਕ। ਮੁਸਲਮਾਨ ਸ਼ਾਸਕਾਂ ਦੁਆਰਾ ਪੰਜਾਬ ਦੀ ਧਰਤੀ 'ਤੇ ਲੜੀ ਗਈ ਪਹਿਲੀ ਲੜਾਈ ਦਾ ਕੀ ਨਾਮ ਸੀ? ਵੈਹਿੰਦ ਦੀ ਲੜਾਈ। ਕਿਸ ਮੁਸਲਮਾਨ ਸ਼ਾਸਕ ਨੇ ਪੰਜਾਬ ਵਿੱਚ ਸਭ ਤੋਂ ਜ਼ਿਆਦਾ ਨਹਿਰਾਂ ਬਣਾਈਆਂ? ਫਿਰੋਜ਼ ਸ਼ਾਹ ਤੁਗਲਕ ਨੇ। ਤਾਂ ਇਸ ਵੀਡੀਓ ਦੇ ਵਿੱਚ ਇੰਨਾ ਹੀ। ਨੈਕਸਟ ਵੀਡੀਓ ਦੇ ਵਿੱਚ ਗੱਲ ਕਰਾਂਗੇ ਅਸੀਂ ਸਿੱਖ ਗੁਰੂ ਸਾਹਿਬਾਨਾਂ ਬਾਰੇ, MCQs ਕਰਾਂਗੇ। ਥਿਊਰੀ ਪਾਰਟ ਦੀ ਵੀਡੀਓ ਤੁਸੀਂ ਦੇਖਣੀ ਹੈ ਪਹਿਲਾਂ। ਬਣੇ ਰਹੋ ਚੈਨਲ ਦੇ ਨਾਲ। ਓਕੇ, ਥੈਂਕਸ।